ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਠੀਕ ਠਾਕ। ਤੇ ਅੱਜ ਅਸੀਂ ਸਵੇਰ ਦੀ ਰੋਟੀ ਲੇਟ ਹੀ ਖਾਧੀ ਸੀਗੀ, ਹੁਣ ਬਹੁਤੀ ਭੁੱਖ ਨਹੀਂ ਹੈਗੀ। ਤੇ ਮੈਂ ਬੇਲਪੁਰੀ ਲੈ ਕੇ ਆਈ ਸੀਗੀ, ਪਿੱਛੇ ਵੀਡੀਓ ਦੇ ਵਿੱਚ ਸਿੰਘ ਸਾਹਿਬ ਨੇ ਦਿਖਾਇਆ ਸੀਗਾ। ਤਾਂ ਫਿਰ ਅੱਜ ਹੁਣ ਪਲੈਨਿੰਗ ਹੋਈ ਕਿ ਇਹੀ ਬਣਾ ਲੈਂਦੇ ਹਾਂਗੇ, ਹੋਰ ਕੁਛ ਰਹਿਣ ਦਿੰਦੇ ਹਾਂ ਵੀ ਬਹੁਤੀ ਭੁੱਖ ਤਾਂ ਹੈ ਨਹੀਂ ਗੀ, ਚੱਲ ਥੋੜਾ ਬਹੁਤ ਖਾ ਲਾਂਗੇ। ਤਾਂ ਹੁਣ ਆਪਾਂ ਬਣਾਉਣ ਲੱਗੇ ਹਾਂਗੇ। ਬੇਲਪੁਰੀ ਆ ਪੈਕਟ ਜਿਹਾ ਹੀ ਆ ਜੀ, ਪਤਾ ਨਹੀਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੱਸੋ ਤੁਸੀਂ ਇਹ ਵਰਤੀ ਆ ਕਦੇ ਤੇ ਕਿੱਦਾਂ ਦੀ ਹੁੰਦੀ ਆ। ਦੂਜੀ ਇੱਥੇ ਮੈਨੂੰ ਕੱਲਿਓ ਕੱਲੀਆਂ ਚੀਜ਼ਾਂ ਲੱਭਣੀਆਂ ਔਖੀਆਂ ਨੇ। ਤੇ ਵਿੱਚ ਪਾਉਣ ਦੇ ਲਈ ਪਿਆਜ਼, ਟਮਾਟਰ, ਵੈਸੇ ਖੀਰੇ ਤਾਂ ਆਮ ਤੌਰ ਤੇ ਮੇਰੇ ਖਿਆਲ ਤੇ ਪਾਉਂਦੇ ਨਹੀਂ ਹੈਗੇ, ਪਰ ਸਾਡੇ ਕੋਲ ਪਏ ਸੀ, ਖਰਾਬ ਹੋ ਜਾਣੇ ਆ, ਪਾ ਲੈਨੇ ਆ। ਮਿਰਚਾਂ, ਧਨੀਆ ਐਂਡ ਨਿੰਬੂ ਪੈਕਟ ਦੇ ਵਿੱਚ ਹੈ, ਲੱਗਦੀ ਤਾਂ ਹੈਗੀ ਆ ਵੀ ਕਾਫੀ ਜ਼ਿਆਦਾ ਆ। ਦੇਖਾਂਗੇ ਮੇਰੇ ਖਿਆਲ 'ਚ, ਇਸ ਲਈ ਅਸੀਂ ਕੁਛ ਜ਼ਿਆਦਾ ਐਡ ਨਹੀਂ ਕਰਨਾ ਹੈਗਾ, ਵੈਸੇ ਵੀ ਹਲਕੀ ਰੱਖਣੀ ਆ ਤੇ ਇਹ ਪੈਕਟ ਦੇ ਵਿੱਚ ਮੇਰੇ ਖਿਆਲ 'ਚ ਹੋਊਗਾ ਹੀ ਲਗਭਗ ਸਾਰਾ ਕੁਛ ਜੋ ਵੀ ਪਾਇਆ ਹੋਣਾ ਵਾ। ਜਿਹੜੀ ਪੜਨਾ ਸਾਹਿਬ ਸੀਗੀ ਉਹਦੇ ਵਿੱਚ ਤਾਂ ਸੀਗਾ ਵਿੱਚ ਸਮਾਨ ਵਗੈਰਾ, ਚਟਣੀ ਚਟਣੀ ਦਾ ਪੈਕਟ ਇਹ ਵੀ ਹੁੰਦਾ ਵਿੱਚ ਨਾ ਕੁਛ, ਉਹਦੇ ਵਿੱਚ ਸੀਗਾ। ਉਹਦੇ ਵਿੱਚ ਕੀ ਕੀ ਇਹਦੇ ਵਿੱਚ ਹੈਗਾ ਆ ਭੁਜੀ, ਇਹਦੇ ਨਹੀਂ ਸਾਰਾ ਸਮਾਨ ਕੱਢੀ, ਛੋਟਾ ਭੁਜੀ ਆ। ਅੱਛਾ ਇਹ ਵਾਲਾ ਵੀ ਆ ਹਨਾ, ਜਿਹੜਾ ਆਲੂ ਭੁਜੀ ਆਪਣਾ ਵਧੀਆ ਹੁੰਦਾ, ਚਟਣੀ ਵਿੱਚ ਹੀ ਆ। ਅੱਛਾ ਵਿੱਚੇ ਨੇ, ਹਾਂਜੀ ਉਹ ਹਰਦੀ ਆ ਯਾਰ, ਇਹ ਉੱਤੇ ਬਣਾਈਆਂ ਹੋਈਆਂ ਸੀਗੀਆਂ, ਮੈਨੂੰ ਨਹੀਂ ਪਤਾ ਸੀਗਾ ਵੀ ਵਿੱਚਾਂ ਚ ਹੀ ਹੁੰਦੀਆਂ। ਜਿੱਥੇ ਆਪਾਂ ਪੜਨਾ ਸਾਹਿਬ ਲਿਆ ਸੀ ਨਾ ਉਹਦੇ ਵੀ ਵਿੱਚ ਸੀ ਸਾਰਾ ਕੁਝ, ਉੱਥੇ ਸਾਡੇ ਕੋਲ ਭਾਂਡਾ ਨਹੀਂ ਸੀਗਾ, ਤੇਰੇ ਜਿਹੜਾ ਮਸਾਲਾ ਸੀ ਮੈਂ ਉਹ ਉੱਤੇ ਪਾ ਕੇ ਅਸੀਂ ਖਾ ਲਿਆ ਸੀ, ਹੋਰ ਕਿਸੇ ਨੇ ਖਾਧਾ ਨਹੀਂ ਸੀਗਾ। ਤੇ ਹੁਣ ਬਸ ਆਹ ਪੈਕਟ ਦੇ ਵਿੱਚ ਚਟਣੀ ਵਿੱਚੇ ਪਾ ਕੇ ਸਾਰਾ ਮਿਕਸ ਕਰ ਲੈਣਾ ਹਨਾ। ਹਾਂਜੀ ਆਹ ਆਹ ਕੁਛ ਕੀ ਹੈ ਦੇਖ ਲਓ ਇਹਦੇ ਵਿੱਚ ਕੀ ਆ, ਇੱਕ ਤਾਂ ਉਹ ਥੋੜੀ ਇਹ ਖਾਸਾ ਬਣ ਨਿਕਲ ਆਇਆ। ਕੀ ਸਾਰੀ ਬਣਾ ਲਈਏ, ਸਾਰੀ ਬਣਾ ਲੈਣੇ ਆ, ਇਹ ਤੋੜਨੇ ਆ, ਤੋੜਨੇ ਆ, ਵੀ ਫੋਟੋ ਹੀ ਤੋੜਿਆ ਹੋਇਆ। ਅੱਛਾ ਫੋਟੋ ਵੀ ਤੋੜਿਆ ਹੈਗਾ, ਤਾਂ ਵਿੱਚ ਬਾਹਲਾ ਕੁਛ ਤਾਂ ਪਾਇਆ ਨਹੀਂ ਹੋਇਆ ਹਨਾ, ਥੋੜੀਆਂ ਹੀ ਚੀਜ਼ਾਂ ਬਸ ਇਹੀ ਹੁੰਦੀ ਆ ਜੀ। ਉਹ ਬਸ ਜ਼ਿਆਦਾ ਵੀ ਕੀ ਪਾਉਣਾ, ਉਹ ਮੇਨ ਤਾਂ ਆਹੀ ਨਿਕਲੇ ਜਿਹੜੇ ਆਪਣੇ ਖਿੱਲਾਂ ਹੁੰਦੀਆਂ ਨੇ, ਦੂਜੇ ਪਹਿਲਾਂ ਲਿਆਂਦੇ ਸੀ ਉਹ ਵੀ ਲਿਆਂਦੇ ਨੇ, ਮੈਂ ਕਹਿੰਦਾ ਮੈਂ ਸੋਚਦਾ ਸੀ ਉਹ ਵੀ ਪਾਲੀ ਫਿਰ ਜ਼ਿਆਦਾ ਹੋ ਜਾਣਾ ਵਾ, ਤੇ ਇਸ ਲਈ ਇੰਨਾ ਵੀ ਸਮਾਨ ਆ। ਹਾਂ ਇਹ ਤਾਂ ਗੱਲ ਹੈਗੀ ਆ, ਚਟਣੀਆਂ ਤਿੰਨ ਨੇ ਹਨਾ, ਉਹ ਫੋਟੋ ਵੀ ਬਣੀ ਹੋਈ ਆ, ਬੰਬੇ ਫੇਮਸ ਬੇਲਪੁਰੀ ਮਿਕਸ, ਬੰਬੇ ਦੀ ਡਿਸ਼ ਆਇਆ ਨਾ। ਕਈ ਲੋਕ ਬਾਹਲੇ ਸ਼ੌਕੀਨ ਨੇ, ਮੈਂ ਇੰਟਰਵਿਊ ਸੁਣੇ ਨੇ, ਪਾਕਿਸਤਾਨੀ ਵੀ ਈਵਨ ਐਕਟਰ ਵਗੈਰਾ ਵੀ, ਵੀ ਹਾਂ ਸਾਨੂੰ ਬੇਲਪੁਰੀ ਫੇਵਰੇਟ ਆ। ਪਹਿਲੀ ਵਾਰ ਮੈਨੂੰ ਮੇਰੀ ਫਰੈਂਡ ਨੇ ਖਾਈ ਸੀਗੀ, ਆਪਾਂ ਤਾਂ ਇਹਨੂੰ ਐਂ ਕਹਿੰਦੇ ਨੇ ਵੀ ਭੁਜੀਆ ਬਣਾ ਲਿਆ ਵਿੱਚ ਮਿਰਚਾਂ ਮੁਰਚਾਂ ਪਾ ਕੇ ਨਾ, ਛੋਟਿਆਂ ਤੋਂ ਡੈਡੀ ਬਣਾ ਕੇ ਦਿੰਦੇ ਹੁੰਦੇ ਸੀ, ਐਂ ਪਾ ਕੇ ਬਸ ਪਿਆਜ਼ ਪਾ ਦੇਣਾ, ਮਿਰਚਾਂ ਪਾ ਦੇਣੀਆਂ, ਨਿੰਬੂ ਪਾ ਦੇਣਾ, ਕਈ ਵਿੱਚ ਹੁਣ ਚਿਪਸ ਚੁਪਸ ਪਾ ਲੈਂਦੇ ਨੇ ਲੇਜ਼ ਵਗੈਰਾ ਸਵਾਦ ਬਣਾਉਣ ਵਾਸਤੇ। ਸੱਚੀ ਡੈਡੀ ਬਣਾ ਕੇ ਦਿੰਦੇ ਸੀ, ਬਣਾ ਕੇ ਨਹੀਂ ਦਿੰਦੇ, ਬਣਾਉਣ ਨੂੰ ਵੀ ਇਹ ਮੰਮੀ ਨੇ ਕੱਟ ਕੇ ਦੇਣਾ ਸਾਰਾ ਕੁਛ, ਡੈਡੀ ਨੇ ਮਿਕਸ ਕਰਕੇ ਸਾਨੂੰ ਦੇ ਦੇਣਾ ਡੈਡੀ, ਕਿਉਂਕਿ ਫਿਰ ਆਰਮੀ ਕਰਕੇ ਡੈਡੀ ਨੂੰ ਬਾਹਰ ਨਹੀਂ ਜਾਂਦਾ ਪਤਾ ਸੀ ਮਾੜਾ ਮੋਟਾ ਹਨਾ, ਵੀ ਡੋਸਾ ਆਉਂਦਾ ਇਡਲੀ ਸਾਰੀਆਂ ਫੂਡ ਡੈਡੀ ਨੇ ਟਰਾਈ ਕੀਤੇ ਹੋਏ ਸੀਗੇ, ਅਸੀਂ ਛੋਟੇ ਹੁੰਦੇ ਸੀਗੇ, ਡੈਡੀ ਦੇ ਸਾਨੂੰ ਲਿਆ ਕੇ ਆਪਣਾ ਵਿੱਚ ਕੱਟ ਕੇ ਸਾਨੂੰ ਵੀ ਦੇ ਦੇਣਾ ਕੌਲੀਆਂ 'ਚ ਪਾ ਕੇ। ਤਿੰਨ ਚਟਣੀਆਂ ਸੀ, ਇੱਕ ਤਾਂ ਇਮਲੀ ਦੀ ਚਟਣੀ ਸੀ, ਇੱਕ ਹਰੀ ਚਟਣੀ ਸੀ, ਇੱਕ ਲਾਲ ਚਟਣੀ ਸੀ ਹਨਾ, ਜਾਂ ਤਾਂ ਸਵਾਦ ਹੀ ਬਣਾ ਦੇਣਗੀਆਂ ਜਾਂ ਟਰਾਈ ਕਰਦੇ ਨਹੀਂ, ਇਹ ਨਹੀਂ ਪਤਾ ਉਹਨੇ ਸਪਾਈਸੀ ਸਪਾਈਸੀ ਕਿੰਨੀ ਹੋਣੀ, ਸਪਾਈਸੀ ਤਾਂ ਮੈਨੂੰ ਮੈਂ ਪਤਾ ਕੀ ਹੁੰਦਾ, ਮੇਰੀ ਬਾੜੀ ਬੜੀ ਆਦਤ ਆ ਵੀ ਜਿਵੇਂ ਮੈਨੂੰ ਫਿਰ ਮੈਨੂੰ ਇੰਨਾ ਨਿਚੋੜ ਦੇਣਾ ਸੀ ਇਹ 'ਚ ਇੱਕ ਬੂੰਦ ਨਹੀਂ ਛੱਡਣੀ ਸੀਗੀ, ਮੈਨੂੰ ਬੜਾ ਅਜੀਬ ਲੱਗਦਾ ਹੁੰਦਾ ਵੀ ਮੈਂ ਕਿਉਂ ਮਾੜੀ ਜਿਹੀ ਚੀਜ਼ ਦੇ ਉੱਤੇ ਇੰਨਾ ਜ਼ੋਰ ਲੱਗ ਜਾਂਦਾ, ਪਰ ਮੈਨੂੰ ਵਧੀਆ ਲੱਗਦਾ। ਆਹ ਨਿੰਬੂ ਜਿਹਾ ਬੜਾ ਵੱਡਾ ਸੀਗਾ, ਪਹਿਲਾਂ ਮੈਂ ਅੱਧਾ ਸਵੇਰੇ ਕੱਟਿਆ ਸੀਗਾ, ਸਾਰੇ ਪੈ ਜੂ ਤਾਂ ਇਹਦਾ ਸਵਾਦ ਤਾਂ ਘੈਂਟ ਹੀ ਲੱਗਦਾ, ਰਸ ਰੁਸ ਤਾਂ ਨਿਕਲ ਜਾਣਾ ਨਹੀਂ। ਅੱਛਾ ਬਈ ਉੱਪਰ ਰਹਿ ਜਾਂਦਾ, ਮੈਂ ਰਸ ਜ਼ਿਆਦਾ ਦੱਬਦੀ ਹਾਂ। ਮਿਕਸ ਇਟ ਵੈਲ, ਭਾਂਡਾ ਆਪਣਾ ਥੋੜ੍ਹਾ ਜਿਹਾ ਛੋਟਾ ਜਾਂ ਪੂਰਾ ਪੂਰਾ ਹੀ ਆ, ਬਾਹਰ ਉੱਛਲ ਜੀ। ਮੈਂ ਰੇੜੀਆਂ ਨਹੀਂ ਕਿਣੀ ਲੈ ਲੱਗੀ ਸਟੇਜ ਤੇ ਜਾਣੀ, ਉਹ ਵੈਸੇ ਕਾਗਜ਼ ਦੇ ਵਿੱਚ ਪਾ ਕੇ ਖਾਂਦੇ ਨੇ ਆਮ ਤੌਰ ਤੇ ਨਾ, ਉਹ ਥੋੜ੍ਹੀ ਇਹਦੇ ਨਾਲ ਹੁੰਦੀ ਵੀ ਵੱਖਰੀ ਆ ਮੈਨੂੰ ਲੱਗਦਾ, ਜਿਹੜੀ ਇਸ ਦੀ ਟ੍ਰੈਡੀਸ਼ਨਲ ਹੋਊਗੀ, ਪਰ ਕਾਗਜ਼ ਦੇ ਵਿੱਚ ਉਹ ਤੁਰਦੇ ਫਿਰਦੇ ਖਾਣੇ ਸੌਖੇ, ਘਰੇ ਤਾਂ ਪਲੇਟ 'ਚ ਵਧੀਆ ਰਹਿੰਦੀ ਆ। ਇਹ ਸਭ ਸਮਾਨ ਹੀ ਆ, ਕਈ ਵੱਧ ਪਾਇਆ ਹੁੰਦਾ, ਕਈਆਂ ਨੇ ਘੱਟ ਪਾਇਆ ਹੁੰਦਾ, ਕਈਆਂ ਨੇ ਤਾਂ 10 12 ਆਈਟਮਾਂ ਰੱਖੀਆਂ ਹੁੰਦੀਆਂ ਨੇ, ਬਸ ਉਹ ਥੋੜਾ ਥੋੜਾ ਪਾ ਕੇ ਮਿਕਸ ਕਰਕੇ ਦੇ ਦਿੰਦੇ ਨੇ ਹਨਾ। ਉਹ ਕੀ ਕਹਿੰਦੇ ਆ, ਆਪਾਂ ਜਿੱਥੇ ਉੱਥੇ ਖਾਧੀ ਸੀਗੀ ਨਾਥਪੁਰ ਸਾਹਿਬ, ਉਹ ਮੂਲੀ ਵੀ ਪਾ ਕੇ ਦਿੱਤੀ ਸੀ ਉਹਨੇ। ਹਾਂ ਸੌਗ ਹੀ ਹੋ ਜਾਂਦੀ ਆ, ਪਰ ਛੇਤੀ ਛੇਤੀ ਖਾਣੀ ਪੈਂਦੀ ਆ। ਫਿਰ ਕਮੈਂਟ ਕਰਕੇ ਦੱਸੋ ਵੀ ਇਹ ਛੋਟੀ ਪਲੇਟ 'ਚ ਖਾਣੀ ਚਾਹੀਦੀ ਹੈ ਕਿ ਵੱਡੀ 'ਚ, ਮੈਂ ਕਹਿੰਦਾ ਵੱਡੀ 'ਚ, ਮੈਂ ਕਹਿੰਦੀ ਇਹ ਛੋਟੀ 'ਚ ਖਾਈ ਦੀ ਹੁੰਦੀ ਆ, ਮੈਂ ਕਿਹਾ ਛੋਟੀ 'ਚ ਗਿਰਨ ਜ਼ਿਆਦਾ ਡਰ ਲੈਂਦਾ, ਕੱਪੜੇ ਨਹੀਂ ਕਾਗਜ਼ 'ਚ, ਤੁਸੀਂ ਵੱਡੀ 'ਚ ਖਾ ਲਓ ਜੀ, ਮੈਨੂੰ ਵੱਡੀ 'ਚ ਪਾ ਦੇ, ਖਾਣੀ ਵੀ ਜ਼ਿਆਦਾ ਫਿਰ ਦੁਬਾਰਾ ਮੰਗਣੀ ਪੈਣੀ ਆ, ਇਹ 'ਚ ਖਾਣੀ ਸੌਖੀ ਰਹਿੰਦੀ ਆ, ਫਿਰ ਗਿਰਦੀ ਹੀ ਨਹੀਂ, ਚਮਚਾ ਜਿਹਾ ਖੁੱਲ੍ਹਾ ਵੱਜ ਜਾਂਦਾ ਵਾ। ਅਤੇ ਹੁਣ ਜਿਹੜਾ ਜੁੱਤੇ ਇਹਨਾਂ ਨੇ ਫਿੱਕੜ ਜਿਹਾ ਭੁਜਿਆ ਦਿੱਤਾ ਹੋਇਆ, ਦੇਖਣ ਨੂੰ ਤਾਂ ਫਿੱਕੜ ਹੀ ਲੱਗਦਾ, ਬਾਕੀ ਖਾ ਕੇ ਪਤਾ ਲੱਗੂ, ਪਾਦੇ ਪਾਦੇ ਨੂੰ ਮੁਕਾ ਕੇ ਸਬਕ ਦੀ ਵਾਰ ਵਾਸਤੇ ਵੀ ਰੱਖਣਾ ਵਾ, ਸਭਦਾ ਕਬਰਾ ਹੀ ਸੁਆਦ, ਥੋੜ੍ਹਾ ਹੀ ਰਹਿ ਗਿਆ ਆਹ ਹੁਣ ਜਿਹੜਾ ਵਧੀਆ ਅਸਲੀ ਸਵਾਦ ਭੁਜੀ ਜਾਣਾ।
ਪਤਾ ਨਹੀਂ ਪੈਕਟ ਇੱਕ ਵਾਰ ਲਿਆਂਦਾ ਸੀ ਕਿੰਨੇ ਥਾਈ ਵਰਤ ਲਿਆ ਉਹਦਾ ਖਾਦਾ ਹੀ ਨਹੀਂ ਆਪਾਂ ਨੇ ਬਸ ਤੁਸੀਂ ਇਹ ਪਲੇਟ ਚੱਕ ਕੇ ਖਾਣ ਦੇ ਸ਼ੌਕੀਨ ਹੋ ਕੇ ਥੱਲੇ ਰੱਖ ਕੇ ਭਾਰੀ ਪਲੇਟ ਦਾ ਬੰਦਾ ਥੱਲੇ ਹੀ ਰੱਖਦਾ ਵਾ ਪਰ ਐਂਡ ਤੇ ਆ ਕੇ ਦਾਲ ਦੂਲ ਜੀ ਆ ਤਾਂ ਈਵਨ ਲੰਗਰ ਦੇ ਵਿੱਚ ਵੀ ਚੱਕਣੀ ਪੈਂਦੀ ਆ ਫਿਰ ਉਹ ਚੰਗੀ ਤਰ੍ਹਾਂ ਖਾਧੀ ਨਹੀਂ ਜਾਂਦੀ ਉਹਦੀ ਅਤੇ ਆਪਾਂ ਜੀ ਬੇਲਪੁਰੀ ਬੇਲਪੁਰੀ ਜੀਵ ਜਿਹਾ ਲੱਗਦਾ ਮੈਨੂੰ ਤਾਂ ਭੁਜੀਆ ਕਹਿਣੀ ਵਧੀਆ ਲੱਗਦਾ ਸਪੈਸ਼ਲ ਪੈਕਟ 'ਚ ਲਿਖ ਕੇ ਭੇਜਿਆ ਸਵਾਦ ਆ ਕਾਫੀ ਜ਼ਿਆਦਾ ਵਧੀਆ ਕਿਉਂਕਿ ਤਿੱਖੀ ਆ ਮਿਰਚ ਵਧੀਆ ਵਜਰੀ ਉਹਨਾਂ ਦੀ ਚਟਨੀ ਸਮੇਲਾ ਦਾ ਉਹਨਾਂ 'ਚ ਵੀ ਵਧੀਆ ਮਿਰਚ ਸੀਗੀ ਮਿਰਚ ਹਰੀ ਪਾਈ ਹੋਈ ਹੈ ਕੱਟ ਕੇ ਬੇਲਪੁਰੀ ਕਰਦੇ ਇੰਜੋਏ ਸੋ ਕਾਲਡ ਭੁਜੀਆ ਅਤੇ ਇਹ ਤੋਂ ਬਾਅਦ ਆਪਾਂ ਇੱਕ ਦੋ ਗੱਲਾਂ ਕਰਦੇ ਹਾਂ ਜਿਹੜਾ ਹੜ੍ਹ ਦੀ ਸਥਿਤੀ ਆਪਣੇ ਚੱਲ ਰਿਹਾ ਨਾ ਉਹਦੇ ਬਾਰੇ ਅਤੇ ਅਸੀਂ ਤੁਹਾਤੋਂ ਵੀ ਜਾਣਕਾਰੀ ਲੈਂਦੇ ਹੁੰਦੇ ਕਿਉਂਕਿ ਕਮੈਂਟ ਦੇ ਵਿੱਚ ਸਾਨੂੰ ਅਥੈਂਟਿਕ ਜਾਣਕਾਰੀ ਮਿਲ ਜਾਂਦੀ ਆ ਜ਼ਿਆਦਾ ਜਿਹੜੇ ਲੋਕਲ ਹੁੰਦੇ ਨੇ ਕਈ ਏਰੀਆ ਬਾਰੇ ਨਿਊਜ਼ ਮੀਡੀਆ ਕਵਰ ਨਹੀਂ ਹੁੰਦਾ ਹੈਗਾ ਜਾਂ ਉਹ ਪਿੱਛੇ ਰਹਿ ਜਾਂਦੇ ਨੇ ਸੋ ਸਾਨੂੰ ਉਹਨਾਂ ਬਾਰੇ ਪਤਾ ਲੱਗਦਾ ਅਤੇ ਆਪਾਂ ਆਹ ਗਾ ਕੇ ਤੁਹਾਡੇ ਨਾਲ ਗੱਲ ਕਰਦੇ ਉਹਦੇ ਬਾਰੇ ਅਤੇ ਜੀ ਪਹਿਲਾਂ ਤੁਸੀਂ ਕੁਛ ਕਲਿਪਸ ਦੇਖੋ ਨਾਨਕਿਆਂ ਤੋਂ ਆਈਆਂ ਨੇ ਅਤੇ ਉਹ ਤੋਂ ਬਾਅਦ ਆਪਾਂ ਅਗਲੀ ਗੱਲਬਾਤ ਕਰਦੇ ਹਾਂ ਇੱਕ ਉਮੀਦ ਜਾਗੀ ਆ ਨਾਲ ਦੇ ਪਿੰਡ ਵੱਲੋਂ ਕਿਤੋਂ ਧਰਮੇੜੀ ਤੋਂ ਲੰਗਰ ਲੈ ਕੇ ਆਏ ਨੇ ਪਿੰਡ ਖਵੇੜੇ ਦੇ ਵਿੱਚ ਬਹੁਤ ਬਹੁਤ ਧੰਨਵਾਦ ਸਿੱਖ ਕੌਮ ਦਾ ਮੈਂ ਇੰਨਾ ਪ੍ਰਾਲਾ ਕਰ ਉਹ ਹੀ ਸਿੱਖ ਕੌਮੇ ਕੰਮ ਆਉਂਦੀ ਆ ਸਹੀ ਗੱਲ ਆ ਸਰਕਾਰਾਂ ਕਿੱਥੇ ਸਹੀ ਗੱਲ ਆ 2% ਵਾਲੇ ਕੰਮ ਆਉਂਦੇ ਨੇ ਪਿੰਡ ਖਵੇੜੇ ਦੀ ਫਲੱਡ ਦੇ ਨਾਲ ਨਾਲ ਟੋਬੇ ਦੀ ਸਫਾਈ ਹੋ ਰਹੀ ਆ ਸਾਰੀ ਨੌਜਵਾਨ ਪੀੜ੍ਹੀ ਲੱਗੀ ਹੋਈ ਆ ਸਾਰੇ ਮੁੰਡੇ ਉਪਰਾਲਾ ਕਰ ਰਹੇ ਨੇ ਇਹ 'ਚ ਨਾ ਕਿਸੇ ਸਰਪੰਚ ਦਾ ਯੋਗਦਾਨ ਨਾ ਕਿਸੇ MLA ਦਾ ਨਾ ਕੋਈ ਇੱਥੇ ਪੁੱਛਦਾ ਸਭ ਬੰਦੇ ਆਪਣੇ ਆਪ ਲੱਗੇ ਹੋਏ ਨੇ ਸੇਵਾ 'ਚ ਬਹੁਤ ਬਹੁਤ ਧੰਨਵਾਦ ਗੰਦਗੀ ਕੱਢ ਰਹੇ ਨੇ ਪਿੰਡ ਦੇ ਵਿੱਚੋਂ ਬਿਮਾਰੀ ਦਾ ਘਰ ਚੱਕਦਾ ਜੀ ਬਿਮਾਰੀ ਲਓ ਜੀ ਗਰਮ ਦਾ ਮਸਲ ਮਿਲਣ ਆਇਆ ਨੂੰ ਇੰਨੇ ਪਾਣੀ 'ਚ ਚਲੋ ਰਿਸ਼ਤੇਦਾਰ ਤਾਂ ਖੜਦੇ ਨੇ ਕਮਰੇ ਜਿਵੇਂ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਵੀ ਉਹ ਜਿਹੜੇ ਨਾਲ ਦੇ ਪਿੰਡ ਤੁਸੀਂ ਹੈ ਨਾ ਉਹ ਟਰੈਕਟਰ 'ਤੇ ਉਹ ਸੜਕ ਦਿੰਦੀ ਵੀ ਨਹੀਂ ਹੈਗੀ ਚਲੋ ਉਹਨਾਂ ਨੂੰ ਪਤਾ ਉਹ ਏਰੀਏ ਦਾ ਉਹ ਸੜਕ 'ਤੇ ਉਸ ਤਰੀਕੇ ਨਾਲ ਆਏ ਉਹਦਾ ਇੱਕ ਦੋ ਵੀਡੀਓ ਦੇਖਿਆ ਨੇ ਵੀ ਸੜਕ ਤੋਂ ਉੱਤਰ ਗਿਆ ਟਰੈਕਟਰ ਇੱਕ ਤਾਂ ਜਮੀ ਟਰੈਕਟਰ ਥੱਲੇ ਡੁੱਬ ਗਿਆ ਸੀ ਖੇਤ ਨਹੀਂ ਹੁਣ ਦੂਜੀ ਸਾਈਡ 'ਤੇ ਸੋ ਉੱਥੇ ਉਹ ਪਹੁੰਚੇ ਅਤੇ ਜਿਹੜੀ ਇਹ ਵੀਡੀਓ ਮੇਰੇ ਖਿਆਲ 'ਚ ਇੱਕ ਦੋ ਦਿਨ ਪੁਰਾਣੀ ਹੈ ਸ਼ਾਇਦ ਦੋ ਦਿਨ ਪੁਰਾਣੀ ਹੈ ਅਤੇ ਅਸੀਂ ਪੁੱਛਿਆ ਸੀ ਵੀ ਹੁਣ ਕੀ ਅਪਡੇਟ ਆ ਉੱਥੇ ਉਹ ਕਹਿੰਦੇ ਵੀ ਜਿਹੜੀਆਂ ਉੱਚੀਆਂ ਥਾਵਾਂ ਸੀ ਉੱਥੋਂ ਦਾ ਪਾਣੀ ਹਟ ਗਿਆ ਮੁੜ ਗਿਆ ਪਰ ਜਿਹੜੀਆਂ ਹਲੇ ਵੀ ਘੱਗਰ ਵਾਲੀ ਸਾਈਡ 'ਤੇ ਨਾ ਨੇੜੇ ਨੇ ਪਿੰਡ 'ਤੇ ਥੋੜ੍ਹੀ ਦੂਰ ਤੱਕ ਹਲੇ ਵੀ ਕਾਫੀ ਪਾਣੀ ਖੜ੍ਹਾ ਵਾ ਅਤੇ ਖੇਤਾਂ ਦਾ ਤਾਂ ਇੱਕ ਤਰੀਕੇ ਨਾਲ ਸਫਾਇਆ ਹੀ ਹੋ ਚੁੱਕਿਆ ਵਾ ਸਾਰਾ ਐਨ ਰੋਡੇ ਭੋਡੇ ਹੋ ਗਏ ਮਤਲਬ ਕੁਛ ਨਹੀਂ ਹੈਗਾ ਖੇਤਾਂ ਦੇ ਵਿੱਚ ਹੋਰ ਬੇਨਤੀ ਸੀਗੀ ਵੀ ਕਾਫੀ ਜਿਹੜੇ ਲੋਕ ਨੇ ਹੈ ਨਾ ਹੈਲਪ ਕਰਨ ਵਾਸਤੇ ਸਾਹਮਣੇ ਆਏ ਨੇ ਵੀ ਪਨੀਰੀ ਦੇਣ ਵਾਸਤੇ ਹੈ ਨਾ ਵੀ ਜੇ ਧਾਨ ਲਾਉਣੇ ਉਹਦੇ ਵਾਸਤੇ ਆਪਣੇ ਉਹਨਾਂ ਨੇ ਕਿਹਾ ਵੀ ਸਾਤੋਂ ਲੈ ਲਓ ਤੁਸੀਂ ਅਸੀਂ ਬੀਜਣੀ ਸ਼ੁਰੂ ਕਰਤੀ ਵੀ ਕੁਛ ਨਾ ਕੁਛ ਫਸਲ ਦਾ ਕੋਈ ਨਾ ਕੋਈ ਆਪਾਂ ਰਿਜ਼ਲਟ ਲੈ ਸਕੀਏ ਚਾਹੇ ਕਾਫੀ ਟਾਈਮ ਨਿਕਲ ਚੁੱਕਿਆ ਨੁਕਸਾਨ ਹੋ ਚੁੱਕਿਆ ਬਟ ਜੇ ਹੁਣ ਵੀ ਫਸਲ ਲੱਗ ਜਾਵੇ ਸਹੀ ਤਰੀਕੇ ਨਾਲ ਤਾਂ ਉਹ ਕਾਫੀ ਨੁਕਸਾਨ ਦੀ ਕੁਛ ਹੱਦ ਤੱਕ ਭਰਪਾਈ ਹੋ ਜੂਗੀ ਅਤੇ ਦਾਣੇ ਵੀ ਹੋ ਜਾਣਗੇ ਚਾਰ ਪੈਸੇ ਵੀ ਆ ਜਾਣਗੇ ਹੈ ਨਾ ਅਤੇ ਜਿਨ੍ਹਾਂ ਜਿਨ੍ਹਾਂ ਨੂੰ ਪਨੀਰੀ ਦੀ ਲੋੜ ਆ ਉਹਨਾਂ ਦੀ ਬਾਕੀ ਜਿੰਨੀ ਹੋ ਸਕਦਾ ਉਸ ਤਰੀਕੇ ਨਾਲ ਉੰਨੀ ਹੈਲਪ ਕਰਨ ਜਿਨ੍ਹਾਂ ਕੋਲ ਪਨੀਰੀ ਹੈਗੀ ਆ ਹਲੇ ਕਈਆਂ ਕੋਲ ਹੈਗੀਆਂ ਮੈਂ ਸੁਣਿਆ ਖੜ੍ਹੀ ਆ ਬਹੁਤ ਅਤੇ ਉਹ ਪਲੀਜ਼ ਆਪਣੀ ਵੀਡੀਓ ਪਾ ਕੇ ਕਿਸੇ ਹੋਰ ਤਰੀਕੇ ਨਾਲ ਗੱਲ ਦੱਸਣ ਅਤੇ ਇੰਨਾ ਮੈਨੂੰ ਜ਼ਰੂਰ ਪਤਾ ਵੀ ਜੇ ਕਿ ਇਹੀ ਕਿਤੇ ਹੋਰ ਕੋਈ ਥਾਂ ਹੁੰਦੀ ਤਾਂ ਉੱਥੇ ਪਨੀਰੀ ਇਸ ਟਾਈਮ ਮੁੱਲ ਵਿਕਣ ਲੱਗ ਜਾਣੀ ਸੀਗੀ ਹੈ ਨਾ ਪੈਸਿਆਂ ਦੀ ਇੰਨਾ ਰੇਟ ਚੱਕ ਦੇਣਾ ਸੀ ਉਹਦਾ ਪਰ ਆਪਣੇ ਪੰਜਾਬ ਦੀ ਗੱਲ ਆ ਤਾਂ ਇੱਥੇ ਸਾਰੇ ਇੱਕ ਤਰੀਕੇ ਨਾਲ ਦਾਨ ਪੁੰਨ ਹੀ ਹੋਊਗਾ ਜਿੱਦਾਂ ਹੋਰ ਵੀ ਤੁਸੀਂ ਵੀਡੀਓਜ਼ ਦੇਖੀਆਂ ਨੇ ਇਹ 'ਚ ਵੀ ਤੁਸੀਂ ਦੇਖਿਆ ਵੀ 2% ਵਾਲੇ ਉਹ ਕਹਿੰਦੇ ਨੇ ਵੀ ਕੰਮ ਆਉਂਦੇ ਨੇ 2% ਵਾਲੀ ਸੋ ਇਹ ਆਪਣੀ ਜਿੱਦਾਂ ਕਹਿ ਲਓ ਵੀ ਪੰਜਾਬੀਆਂ ਦੀ ਇਹ ਖੁੱਲ੍ਹੇ ਦਿਲ ਨੇ ਔਖੇ ਸਮੇਂ ਦੇ ਵਿੱਚ ਜਿੱਥੇ ਪਾਣੀਆਂ ਦੇ ਮੁੱਲ ਇੰਨੇ ਹੋ ਜਾਂਦੇ ਨੇ ਹੈ ਨਾ ਲੋਕ ਪਾਣੀ ਦੀਆਂ ਬੋਤਲਾਂ ਇੰਨੀਆਂ ਮਹਿੰਗੀਆਂ ਵੇਚਦੇ ਨੇ ਕਿਰਾਏ ਕਿੰਨੀਆਂ ਵੀਡੀਓਜ਼ ਆਈਆਂ ਨੇ ਤੁਸੀਂ ਸਾਰੇ ਦੇਖੀਆਂ ਹੋਣੀਆਂ ਨੇ ਅਤੇ ਲੋਕ ਵੱਧ ਚੜ੍ਹ ਕੇ ਸੇਵਾ ਕਰ ਰਹੇ ਨੇ ਹੈ ਨਾ ਇੱਧਰੋਂ ਬਾਹਰੋਂ ਵੀ ਬਹੁਤ ਲੋਕਾਂ ਨੇ ਪੈਸੇ ਇਕੱਠੇ ਕਰਕੇ ਭੇਜ ਰਹੇ ਨੇ ਸੋ ਬਹੁਤ ਵਧੀਆ ਅਤੇ ਸ਼ਲਾਘਾਯੋਗ ਉਪਰਾਲਾ ਜੀ ਸਾਰਿਆਂ ਦਾ ਅਤੇ ਇੱਥੇ ਬੇਨਤੀ ਸੀਗੀ ਜੇ ਕਿਸੇ ਕੋਲ ਪਨੀਰੀ ਹੋਈ ਤਾਂ ਤੁਸੀਂ ਕਮੈਂਟ ਦੇ ਵਿੱਚ ਆਪਣਾ ਨੰਬਰ ਸੈਂਡ ਕਰ ਦਿਓ ਕਿਉਂਕਿ ਨਾਨਕੇ ਪਿੰਡ ਦੇ ਵਿੱਚ ਪਨੀਰੀ ਚਾਹੀਦੀ ਆ ਹੁਣ ਝੋਨੇ ਦੀ ਅੱਧੇ ਖੇਤਾਂ 'ਚੋਂ ਪਾਣੀ ਵਾਪਸ ਮੁੜ ਗਿਆ ਉਹ ਕਹਿੰਦੇ ਵੀ ਹੁਣ ਨਾਲ ਦੀ ਨਾਲ ਅਸੀਂ ਜੇ ਲਾ ਲਈਏ ਸ਼ਾਇਦ ਫਸਲ ਹੋ ਜਾਊਗੀ
ਤਾਂ ਥੋੜੀ ਬਹੁਤ ਪਨੀਰੀ ਇਧਰੋਂ ਬੇਗਵਾਲ ਤੋਂ ਮਿਲ ਜੂਗੀ। ਡੈਡੀ ਨੂੰ ਵੀ ਆਪਾਂ ਨੇ ਫੋਨ ਕਰਤਾ ਸੀਗਾ, ਡੈਡੀ ਜੀ ਕਹਿੰਦੇ 9 ਕਿੱਲਿਆਂ ਦੀ ਆਪਾਂ ਦੇ ਦਾਂਗੇ, ਪਰ ਪਿੰਡ ਦੇ ਵਿੱਚ ਹੋਰ ਵੀ ਪਰਿਵਾਰਾਂ ਨੂੰ ਲੋੜ ਹੋਊਗੀ। ਜੇ ਕਿਸੇ ਕੋਲ ਪਨੀਰੀ ਹੋਈ ਤਾਂ ਕੈਂਥਲ ਦੇ ਨੇੜੇ ਏਰੀਏ 'ਚ, ਸਮਾਣੇ ਦੇ ਨੇੜੇ ਲਗਭਗ 100 ਕਿਲੋਮੀਟਰ ਦੇ ਨੇੜੇ ਜੇ ਕਿਸੇ ਕੋਲ ਹੋਈ ਤਾਂ ਕਮੈਂਟ ਕਰਕੇ ਜ਼ਰੂਰ ਦੱਸ ਦਿਓ, ਕਿਉਂਕਿ ਬਾਹਲੀ ਦੂਰ ਲੈਣ ਜਾਣਾ ਤਾਂ ਬਾਹਲਾ ਔਖਾ ਹੋ ਜੂਗਾ, ਕਿਉਂਕਿ ਰਸਤਿਆਂ 'ਚ ਹਲੇ ਵੀ ਪਾਣੀ ਹੈਗਾ ਕਈ ਥਾਈਂ, ਤਾਂ ਨੇੜੇ ਹੋਈ ਤਾਂ ਦੱਸਿਓ ਜ਼ਰੂਰ। ਤੇ ਇੱਕ ਹੋਰ ਗੱਲ ਕਰਨੀ ਆ ਮੈਂ, ਜਿਹੜੀ ਉਹ ਮੈਨੂੰ ਪਰਸਨਲ ਲੱਗ ਰਹੀ ਹੈ, ਬਹੁਤ ਕੰਸਪੀਰੇਸੀ ਥਿਊਰੀਜ਼ ਜਿਹੀਆਂ ਚੱਲ ਰਹੀਆਂ ਨੇ ਵੀ ਇਹ ਮੀਂਹ ਪਵਾਏ ਗਏ ਨੇ ਜਾਂ ਇਹ ਪਾਣੀ, ਮੀਂਹ ਤਾਂ ਪਏ ਨਹੀਂ ਇੰਨਾ, ਪਾਣੀ ਕਿੱਥੋਂ ਆ ਗਿਆ, ਹੜ੍ਹ ਕਿੱਥੋਂ ਆ ਗਿਆ, ਹੈ ਨਾ। ਮੈਂ ਹੁਣੇ ਰੀਸੈਂਟਲੀ ਇਹ ਵੀਡੀਓ ਬਣਾਉਣ ਤੋਂ ਪਹਿਲਾਂ ਮੈਂ ਸਕਰੋਲ ਕਰ ਰਿਹਾ ਸੀ ਇੰਟਰਨੈਟ, ਉਹਦੇ ਵਿੱਚ ਮੈਨੂੰ ਵੀਡੀਓ ਆਈ ਹੈ ਨਾ, ਉਹਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਚੱਲ ਰਹੇ ਮੌਸਮ ਦੀ ਜਾਣਕਾਰੀ ਵਾਲੀ ਵੀਡੀਓ ਸੀ। ਇਸ ਟਾਈਮ ਅਮਰੀਕਾ ਦੇ ਵਿੱਚ ਹੀਟ ਵੇਵ ਚੱਲ ਰਹੀ ਹੈ ਬਹੁਤ ਜ਼ਿਆਦਾ ਸਟੇਟਸ ਦੇ ਵਿੱਚ, ਅਤੇ ਕੈਲੀਫੋਰਨੀਆ ਦੇ ਥੱਲੜੀ ਬੈਲਟ ਜਿਹੜੀ ਇਹਨਾਂ ਦੀ ਸਾਈਡ 'ਤੇ ਆ ਜਾਂਦੀ ਆ, ਉੱਥੇ ਸ਼ਾਇਦ ਹੁਣ ਤੱਕ ਦਾ ਉਹਨਾਂ ਦਾ ਸਭ ਤੋਂ ਵੱਧ ਟੈਂਪਰੇਚਰ ਰਿਕਾਰਡ ਕੀਤਾ ਜਾਊਗਾ। ਕਹਿੰਦੇ 55 ਡਿਗਰੀ ਸੈਲਸੀਅਸ ਤੱਕ ਟੈਂਪਰੇਚਰ ਜਾਣਾ ਵਾ, ਉਹ ਸਾਰੇ 'ਚ ਮਤਲਬ ਕਿ ਹਾਈ ਅਲਰਟ ਕੀਤਾ ਹੋਇਆ ਹੀਟ ਵੇਵ ਦਾ, ਬਹੁਤ ਜ਼ਿਆਦਾ ਗਰਮੀ ਹੋਈ ਆ। ਅਤੇ ਲੋਕ ਉੱਤੋਂ ਜੀ ਉੱਥੇ ਪਹੁੰਚੇ ਹੋਏ ਨੇ, ਫੋਟੋਆਂ ਖਿੱਚ ਰਹੇ ਨੇ, ਟੂਰਿਸਟ ਅਟਰੈਕਸ਼ਨ ਹੋਰ ਵੱਧ ਗਈ ਉੱਥੇ ਵੀ, ਅਸੀਂ ਸਭ ਤੋਂ ਦੁਨੀਆ ਦਾ ਗਰਮ ਦਿਨ ਫਿਲਮਾਉਣਾ ਚਾਹੁੰਦੇ ਹਾਂ, ਫੋਟੋਆਂ ਲੈਣੀਆਂ ਚਾਹੁੰਦੇ ਹਾਂ। ਉਹ ਤੋਂ ਬਾਅਦ ਯੂਰਪ ਦੇ ਵਿੱਚ ਸਹਾਰਾ ਡੈਜ਼ਰਟ ਤੋਂ ਕਹਿੰਦੇ ਇੱਧਰੋਂ ਹੀਟ ਵੇਵ ਚੱਲ ਰਹੀਆਂ ਨੇ, ਉੱਥੇ ਕਹਿੰਦੇ ਇਸ ਸਾਲ ਦੇ ਉਹਨਾਂ ਦੇ ਸਾਰੇ ਰਿਕਾਰਡ ਟੁੱਟ ਜਾਣੇ ਆ, ਸਾਰੇ ਦੇਸ਼ਾਂ ਦੇ ਵਿੱਚ ਇੰਨੀ ਜ਼ਿਆਦਾ ਗਰਮੀ ਹੋ ਜਾਣੀ ਆ। ਉਹ ਤੋਂ ਬਾਅਦ ਜੇ ਆਪਾਂ ਇੱਧਰ ਕੋਰੀਆ ਦੇ ਵਿੱਚ ਜਾਈਏ, ਨੌਰਥ ਕੋਰੀਆ ਦੇ ਵਿੱਚ ਬਹੁਤ ਜ਼ਿਆਦਾ ਜ਼ਬਰਦਸਤ ਹੜ੍ਹ ਆਏ ਹੋਏ ਨੇ, ਕਾਫੀ ਬੰਦਿਆਂ ਦੀ ਡੈਥ ਹੋ ਗਈ, ਕਾਫੀ ਲਾਪਤਾ ਨੇ, ਲੈਂਡਸਲਾਈਡਸ ਹੋ ਗਈਆਂ। ਪਿਛਲੇ ਸਾਲ ਪਾਕਿਸਤਾਨ ਦੇ ਵਿੱਚ ਆਏ ਸੀ, ਐਤਕੀ ਆਪਣੇ ਪੰਜਾਬ ਹੈ ਨਾ ਏਰੀਏ ਸਾਰਾ ਜਿਹੜਾ ਹੋਇਆ ਵਾ, ਕਈ ਵਾਰ ਸਾਊਥ ਦੇ ਵਿੱਚ ਆ ਜਾਂਦਾ ਵਾ। ਸੋ ਮੈਨੂੰ ਲੱਗਦਾ ਹੁੰਦਾ ਵੀ, ਪਤਾ ਨਹੀਂ ਵੀ, ਮੈਨੂੰ ਲੱਗਦਾ ਹੁੰਦਾ ਕੁਦਰਤੀ ਇਹ ਗੱਲ ਹੋ ਸਕਦੀ ਆ ਵੀ, ਇੱਦਾਂ ਤਾਂ ਹੈ ਨਹੀਂ ਵੀ ਇਹ ਕਿਸੇ ਨੇ ਪਲਾਨ ਕਰਕੇ ਕੀਤਾ ਹੈ ਨਾ, ਜਾਂ ਮੌਸਮ 'ਤੇ ਉੱਦਾਂ ਕੰਟਰੋਲ ਹੋਣੇ ਕਰਨ ਦੀ ਕੋਸ਼ਿਸ਼ ਤਾਂ ਕਰ ਰਹੇ ਨੇ, ਹੈ ਨਾ, ਕਾਫੀ ਆਪਾਂ ਵੀਡੀਓਜ਼ ਦੇਖ ਰਹੇ ਨਿਊ ਵਰਲਡ ਆਰਡਰ ਕਾ ਕੁਝ, ਪਰ ਮੇਰੇ ਖਿਆਲ 'ਚ ਕੁਛ ਚੀਜ਼ਾਂ ਨੈਚੁਰਲ ਵੀ ਹੋ ਰਹੀਆਂ ਨੇ, ਕਿਉਂਕਿ ਉਹਦੇ ਵਿੱਚ ਆਪਣੀਆਂ ਵੀ ਗਲਤੀਆਂ ਨੇ, ਹੈ ਨਾ, ਦਰਖਤ ਨਹੀਂ ਆਪਾਂ ਲਾ ਰਹੇ ਹੈਗੇ। ਅਤੇ ਜਿੱਦਾਂ ਕਹਿੰਦੇ ਨੇ ਵੀ ਆਪਣੇ ਕਾਫੀ ਵੀਡੀਓਜ਼ ਹੁਣ ਆਈਆਂ ਨੇ ਵੀ ਲੋਕਾਂ ਨੇ ਟੋਬੇ ਪੂਰ ਅਤੇ ਪਿੰਡਾਂ ਦੇ, ਹੈ ਨਾ, ਦਰਿਆਵਾਂ ਦੀ ਮਿੱਟੀ ਉਹ ਦੱਬ ਰਹੇ, ਜਿੱਦਾਂ ਅਸੀਂ ਪਟਨਾ ਸਾਹਿਬ ਗਏ ਸੀਗੇ, ਉੱਥੇ ਉਹਨਾਂ ਨੇ ਸਾਨੂੰ ਦੱਸਿਆ, ਮੰਮੀ ਹੁਣੀ ਹੈਰਾਨ ਹੋ ਗਏ ਵੀ ਉਹ ਗੁਰਦੁਆਰਾ ਸਾਹਿਬ ਆ ਉੱਥੇ, ਹੈ ਨਾ, ਉਹ ਤੋਂ ਲਗਭਗ 100-200 ਮੀਟਰ ਤੱਕ ਉੱਥੇ ਉਹ ਗੰਗਾ ਹੁੰਦੀ ਸੀਗੀ, ਉਹ ਹੁਣ ਉੱਥੇ ਸਾਰਾ ਐਨ ਵਧੀਆ ਘਰ ਪਏ ਹੋਏ ਸੀ, ਦੁਕਾਨਾਂ ਖੁੱਲੀਆਂ ਹੋਈਆਂ ਨੇ, ਨਾਲੇ ਕੋਈ ਬਾਹਲੀ ਪੁਰਾਣੀ ਗੱਲ ਨਹੀਂ ਹੈਗੀ ਇਹ। ਉਹ ਉੱਥੇ ਤੱਕ ਹੁੰਦਾ ਸੀ ਇੰਨਾ ਚੌੜਾ ਵੀ ਪੂਰ ਲਿਆ, ਉੱਧਰਲੀ ਸਾਈਡ ਤੋਂ ਵੀ ਪੂਰ ਲਿਆ, ਕਹਿੰਦੇ ਹੁੰਦੇ ਨੇ ਵੀ ਜਿਹੜਾ ਦਰਿਆ ਹੁੰਦਾ ਜਾਂ ਪਾਣੀ ਹੁੰਦਾ ਉਹ ਫਿਰ ਆਪਣੀ ਜਗ੍ਹਾ ਲੈ ਕੇ ਰੱਖਦਾ ਵਾ, ਭਾਵੇਂ ਕਹਿੰਦੇ 100 ਸਾਲ ਬਾਅਦ ਵੀ ਆਪਦੀ ਜਗ੍ਹਾ ਲਵੇ, ਸੁਣਿਆ ਹੀ ਆਉਂਦਾ ਵੀ ਉਹ ਆਪਣੀ ਜਗ੍ਹਾ ਲੈ। ਉਹ ਹੈਰਾਨ ਹੋ ਗਏ ਸੀ, ਮੰਮੀ ਹੁਣੀ ਕਹਿੰਦੇ ਵੀ ਉਹ ਪਹਿਲਾਂ ਤਾਂ ਹੋਰ ਸੀ, ਫਿਰ ਉਹਨੂੰ ਯਾਦ ਆਇਆ, ਉਹ ਕਿਸੇ ਨੇ ਦੱਸਿਆ, ਕਹਿੰਦੇ ਹਾਂਜੀ ਵੀ ਇਹ ਜਗ੍ਹਾ ਤੋਂ ਉਹ ਬਾਹਲੀ ਦੂਰ ਸੀ, ਨਾਲੇ ਐਵੇਂ ਵੀ ਥੋੜ੍ਹਾ 10-20 ਫੁੱਟ ਸੀਗਾ, ਬਹੁਤ ਜ਼ਿਆਦਾ ਲੰਬਾ ਏਰੀਆ ਮਤਲਬ ਕਿ ਕਵਰ ਕਰ ਲਿਆ ਸੀਗਾ। ਸੋ ਕਿਤੇ ਨਾ ਕਿਤੇ ਮੇਰੇ ਖਿਆਲ 'ਚ ਆਪਣੀਆਂ ਵੀ ਗਲਤੀਆਂ ਨੇ, ਬਾਕੀ ਜਦ ਕੁਦਰਤ ਦਾ ਇਹ ਚੀਜ਼, ਪਾਣੀ ਤਾਂ ਜ਼ੋਰ ਪੈਂਦਾ, ਹਵਾ ਹੋਵੇ, ਕੁਛ ਵੀ ਹੋਵੇ, ਸੱਚ ਆ ਦੂਰ ਦੀ ਗੱਲ ਕਰਨੀ ਆ, ਆਪਣੇ ਮੌਂਟਰੀਅਲ 'ਚ ਬਹੁਤ ਜ਼ਿਆਦਾ ਬਿਜਲੀ ਲਸ਼ਕੀ, ਬਹੁਤ ਤੇਜ਼ ਹਵਾਵਾਂ ਚੱਲੀਆਂ, ਉੱਥੇ ਵੀ ਇੰਨਾ ਇੰਨਾ ਪਾਣੀ ਆ ਗਿਆ ਡਾਊਨ ਟਾਊਨ ਦੇ ਸ਼ਹਿਰਾਂ ਦੇ ਵਿੱਚ, ਆਟੋਆ ਦੇ ਵਿੱਚ ਸਫਾਈ ਚੱਲ ਰਹੀ ਸੀ ਟੋਰਨੇਡੋ, ਹੈ ਨਾ। ਸੋ ਇਹ ਕੁਦਰਤ ਦੀਆਂ ਕਹਿ ਲਓ ਵੀ ਕਰੋਪੀਆਂ, ਗਿਆ ਕਰੋਪੀਆਂ ਪਤਾ ਨਹੀਂ ਹੁਣ ਕੀ ਕਹਿ ਸਕਦੇ ਹਾਂ, ਉਹਨਾਂ ਨੇ ਮੌਸਮ ਆ ਇਹਦੇ ਉੱਤੇ ਕਿਸੇ ਦਾ ਜ਼ੋਰ ਨਹੀਂ ਹੈਗਾ, ਅਤੇ ਕਈ ਵਾਰ ਇੱਦਾਂ ਦੀਆਂ ਚੀਜ਼ਾਂ ਹੋ ਜਾਂਦੀਆਂ ਨੇ, ਪਰ ਅੱਜ ਕੱਲ੍ਹ ਟੈਕਨੋਲੋਜੀ ਵੀ ਹੋ ਗਈ, ਬਾਕੀ ਆਪਣੇ ਪੰਜਾਬੀ ਹੈਗੇ ਵੀ ਹੌਸਲੇ ਵਾਲੇ, ਹਿੰਮਤ ਵਾਲੇ ਨੇ, ਸੋ ਇਹ ਚੀਜ਼ਾਂ ਤੋਂ ਛੇਤੀ ਮੇਰੇ ਖਿਆਲ 'ਚ ਰਿਕਵਰ ਹੋ ਜਾਣਗੇ। ਅਤੇ ਇੱਥੇ ਸਿੰਘ ਸਾਹਿਬ ਨੇ ਗੱਲ ਕਹੀ ਹੈਗੀ, ਕਹਿੰਦੇ ਵੀ ਇਹ ਸ਼ਾਇਦ ਵੀ ਹੜ੍ਹ ਲਿਆਉਂਦੇ ਨਹੀਂ ਗਏ ਹੈਗੇ, ਆਪਣੇ ਆਪ ਆਏ ਆ, ਇਹ ਚੀਜ਼ ਆਪਾਂ ਮੰਨਦੇ ਹਾਂ ਕਿਉਂਕਿ ਕੁਦਰਤੀ ਉਹ ਹੈਗਾ ਜੋ ਵੀ ਹੋ ਰਿਹਾ। ਪਰ ਪਿੱਛੇ ਮੈਂ ਵੀਡੀਓ ਦੇਖ ਰਹੀ ਸੀਗੀ, ਕਾਫੀ ਮੈਂ ਫੇਸਬੁੱਕ ਦੇ ਉੱਤੇ ਕਾਫੀ ਵੀਡੀਓ ਦੇਖੀਆਂ, ਉਹ ਕਹਿੰਦੇ ਵੀ ਪੰਜਾਬ ਦੇ ਵਿੱਚ ਇੰਨਾ ਮੀਂਹ ਨਹੀਂ ਪਿਆ, ਤੇ ਹਿਮਾਚਲ 'ਚ ਮੀਂਹ ਪਿਆ ਸੀ, ਉਹਦੇ ਕਰਕੇ ਪਾਣੀ ਬਹੁਤ ਜ਼ਿਆਦਾ ਆ ਗਿਆ, ਕਿਉਂਕਿ ਉਹ ਪਾਣੀ ਨੇ ਕਿਸੇ ਨਾ ਕਿਸੇ ਪਾਸੇ ਤਾਂ ਜਾਣਾ ਹੀ ਹੈਗਾ। ਅਤੇ ਪਰ ਇਹ ਚੀਜ਼ ਦੇ ਵਿੱਚ ਆਪਾਂ ਜ਼ਰੂਰ ਕਹਿ ਸਕਦੇ ਹਾਂ, ਕਿਉਂਕਿ ਕਈ ਥਾਈਂ ਜਿਵੇਂ ਕਹਿੰਦੇ ਆ ਵੀ ਪਹਾੜ ਪਾਏ ਗਏ ਆ, ਵੀ ਬੰਨ ਤੋੜੇ ਗਏ ਨੇ, ਉਹਦੇ ਕਰਕੇ ਕਾਫੀ ਨੁਕਸਾਨ ਹੋਇਆ, ਵੀ ਬੰਨ ਕਦੇ ਕਿੱਥੋਂ ਟੁੱਟ ਰਿਹਾ, ਕਦੇ ਕਿੱਥੋਂ ਟੁੱਟ ਰਿਹਾ, ਹੁਣ ਪਤਾ ਨਹੀਂ ਹੈਗਾ, ਆਪਾਂ ਤਾਂ ਉੱਥੇ ਮੌਕੇ 'ਤੇ ਮੌਜੂਦ ਨਹੀਂ ਹੈਗੇ, ਜਿਵੇਂ ਖਬਰਾਂ ਸੁਣੀਆਂ ਆ ਉਹਦੇ ਤੋਂ ਪਤਾ ਲੱਗਦਾ ਵੀ ਜੇ ਸ਼ਾਇਦ ਕਹਿੰਦੇ ਥੋੜ੍ਹਾ ਬਹੁਤ ਧਿਆਨ ਦਿੱਤਾ ਜਾਂਦਾ ਵੀ ਸ਼ਾਇਦ ਬਹੁਤ ਇਲਾਕੇ ਬਚਾਏ ਜਾ ਸਕਦੇ ਸੀਗੇ, ਕਿਉਂਕਿ ਪਿੱਛੇ ਕੱਲ੍ਹ ਚਾਂਦਪੁਰਾ ਬੰਨ ਵੀ ਟੁੱਟਿਆ ਆ, ਤਾਂ ਉਹਦੇ ਕਰਕੇ ਮਾਨਸਾ ਜ਼ਿਲ੍ਹੇ ਦਾ ਬਹੁਤ ਜ਼ਿਆਦਾ ਕਹਿੰਦੇ ਨੁਕਸਾਨ ਹੋਇਆ, ਮਾਨਸਾ ਜ਼ਿਲ੍ਹੇ ਦੇ ਕਾਫੀ ਪਿੰਡਾਂ 'ਚ ਪਾਣੀ ਆ ਗਿਆ, ਉਹ ਕਹਿੰਦੇ ਆ ਵੀ ਬਠਿੰਡੇ ਤੱਕ ਉਹ ਪਾਣੀ ਪਹੁੰਚੂਗਾ ਜੇ ਉਹ ਨਹੀਂ ਰੁਕਿਆ, ਮੈਂ ਇੱਦਾਂ ਖਬਰ ਸੁਣੀ ਸੀਗੀ। ਹੈਗੀਆਂ ਤਾਂ ਇਹ ਵੀ ਕਹਿ ਲਓ ਵੀ ਕੁਦਰਤੀ ਉਹ ਆ ਗਏ, ਕਿਸੇ ਦਾ ਵਾਸ ਨਹੀਂ ਹੈਗਾ, ਪਰ ਜੇ ਥੋੜ੍ਹਾ ਬਹੁਤ ਧਿਆਨ ਰੱਖੀਏ, ਜੇ ਆਪਾਂ ਅੱਗੇ ਲਈ ਸਮਝ ਜਾਈਏ, ਸ਼ਾਇਦ ਫਰਕ ਪੈ ਜੂ, ਕਿੰਨੇ ਜਾਣ ਪਛਾਣ ਦੇ ਵਿੱਚ ਤੁਹਾਡੀ ਜਾਣ ਪਛਾਣ 'ਚ ਵੀ ਪਿੰਡਾਂ 'ਚ ਹੋਊਗਾ, ਕਿਵੇਂ ਹੋਊਗਾ, ਕਿੰਨੇ ਲੋਕਾਂ ਨੇ ਸੂਏ ਰੋਕ ਰੱਖੇ ਆ, ਛੱਪੜ ਬਹੁਤ ਰੋਕੇ ਹੋਏ ਨੇਗੇ,
ਦੋ ਤਿੰਨ ਸਾਲ ਪਹਿਲਾਂ ਨੀਦਰਲੈਂਡਸ ਦੇ ਉੱਤੇ ਕੁਛ ਦੇਖ ਰਿਹਾ ਸੀ ਉਹਨਾਂ ਵੀਡੀਓ ਸੀ ਵੀ ਉਹਨਾਂ ਨੇ ਫਲੱਡ ਤੋਂ ਸਭ ਤੋਂ ਵਧੀਆ ਕੰਮ ਸ਼ਾਇਦ ਦੁਨੀਆ 'ਚ ਉਹਨਾਂ ਨੇ ਕੀਤਾ ਫਲੱਡ ਕੰਟਰੋਲਿੰਗ ਬਾਰੇ ਉਹਨਾਂ ਨੇ ਕਿੱਦਾਂ ਕੀਤਾ ਨਾ ਸੋ ਇੱਕ ਲੰਬਾ ਪ੍ਰੋਸੈਸ ਆ ਹੀ ਨਹੀਂ ਹੈਗਾ ਵੀ ਕੁਛ ਟਾਈਮ 'ਚ ਹੋਜੂਗਾ ਜਿਹਦੇ 'ਤੇ ਕੰਮ ਕੀਤਾ ਅਗਲੇ 4-5 ਸਾਲਾਂ 'ਚ ਹਨਾ ਵੀ ਸਿਸਟਮ ਬਣਾਏ ਜਾਣ ਵਾਟਰ ਚੈਨਲਸ ਬਣਾਏ ਜਾਣ ਕਿਵੇਂ ਪਾਣੀ ਨੂੰ ਡਿਸਟ੍ਰੀਬਿਊਟ ਕਰਨਾ ਵਾ ਜੇ ਹੜ੍ਹ ਦੀ ਸਿਚੁਏਸ਼ਨ ਆਉਂਦੀ ਆ ਅਤੇ ਉਹ ਕਈ ਵਾਰ ਇਹ ਵੀ ਹੁੰਦਾ ਨਾ 4-5 ਸਾਲ ਬਹੁਤ ਘੱਟ ਮੀਂਹ ਪੈਂਦੇ ਨੇ ਫਿਰ ਇੱਕ ਸਾਲ ਬਹੁਤ ਮੀਂਹ ਪੈ ਜਾਂਦਾ ਵਾ ਹਨਾ ਆਪਾਂ ਵੀ ਮੈਂ ਵੀ ਉਹਨਾਂ 'ਚੋਂ ਇਹ ਵੀ ਕੰਪਲੇਂਟ ਬੜੀ ਛੇਤੀ ਕਰਦੇ ਹਾਂ ਯਾਰ ਧੁੱਪ ਬੜੀ ਨਿਕਲੇ ਉਹ ਗਰਮੀ ਹੋ ਗਈ ਮੀਂਹ ਹਜੇ ਮੀਂਹ ਤੋਂ ਵੀ ਕੰਪਲੇਂਟ ਹਰੇਕ ਚੀਜ਼ ਤੋਂ ਕੰਪਲੇਂਟ ਹੋ ਜਾਂਦੀ ਆ ਸੋ ਇਹ ਕੁਦਰਤੀ ਆਫਤਾਂ ਕਿਸੇ ਦੇ ਵੱਸ ਨਹੀਂ ਪਰ ਫਿਰ ਵੀ ਇਹਨੂੰ ਹੋਰ ਥੋੜ੍ਹਾ ਚੈਨਲਾਈਜ਼ ਕਰਕੇ ਪਾਣੀ ਨੂੰ ਕੰਟਰੋਲ ਕਰਕੇ ਤਰੀਕੇ ਨਾਲ ਹਨਾ ਕੱਢਿਆ ਜਾਵੇ ਬਣਾਇਆ ਜਾਵੇ ਪਰ ਉਹਨਾਂ ਉੱਤੇ ਖਰਚਾ ਬਹੁਤ ਆਉਂਦਾ ਫਿਰ ਜ਼ਮੀਨਾਂ ਬਹੁਤ ਮਤਲਬ ਕਿ ਆਪਾਂ ਕਹਿ ਦਿੰਦੇ ਹਾਂ ਵੀ ਇਸ਼ੂ ਕੋਈ ਵੀ ਸੋਲਵ ਕਰਨਾ ਬਹੁਤ ਸੌਖਾ ਬਟ ਹਰੇਕ ਇਸ਼ੂ ਬਹੁਤ ਕੰਪਲੀਕੇਟਡ ਹੁੰਦਾ ਜਦ ਆਪਾਂ ਆਪ ਕਰਨ ਲੱਗਦੇ ਫਿਰ ਆਪਾਂ ਨੂੰ ਲੱਗਦਾ ਸ਼ਹਿਰ ਇਹਦੇ ਨਾਲ ਆਹ ਸਮੱਸਿਆਵਾਂ ਆਉਣੀਆਂ ਨੇ ਆਪਾਂ ਕਹਿੰਦੇ ਜੀ ਨਹਿਰ ਪੱਟ ਦਿਉ ਨਹਿਰ ਪੱਟਣੀ ਉੱਥੇ ਕਈਆਂ ਦੇ ਘਰ ਆਉਣੇ ਆ ਕੋਈ ਸਕੂਲ ਹੋਊਗਾ ਕੁਛ ਹੋਊਗਾ ਉਹ ਡਿਜ਼ਾਈਨ ਕਰਨਾ ਸਾਰਾ ਨਾ ਉੱਤੋਂ ਪਰਮਿਸ਼ਨ ਲੈਣੀ ਇੱਕ ਬੰਦਾ ਅੜ ਜਾਂਦਾ ਬਈ ਮੈਂ ਨਹੀਂ ਜਗ੍ਹਾ ਦਿੰਦਾ ਹੈਗਾ ਕੇਸ ਚੱਲਦਾ ਵਾ ਸੋ ਜਿੱਦਾਂ ਹੁਣ ਸਾਡੇ ਜਿਹੜੀ ਦਰਾਹੇ ਵਾਲੀ ਨਹਿਰ ਆ ਉਹਦੇ ਉੱਤੇ ਜਿਹੜਾ ਲੁਧਿਆਣੇ ਤੋਂ ਇੱਧਰ ਨੂੰ ਹਾਈਵੇ ਬਣਿਆ ਹੋਇਆ ਹਨਾ ਨਹਿਰ ਨਹਿਰ ਦੇ ਨਾਲ ਆਉਂਦਾ ਉੱਥੇ ਹੁਣ ਉਹਨਾਂ ਦਾ ਚੱਕਰ ਚੱਲਦਾ ਉਹਦੇ ਨਾਲ ਰੇਲਵੇ ਦੀ ਜ਼ਮੀਨ ਨਾਲ ਉਹਨਾਂ ਨੇ ਪੁਲ ਬਣਨ ਨਹੀਂ ਦਿੱਤਾ ਹੈਗਾ ਉੱਥੇ ਇੰਨਾ ਜ਼ਿਆਦਾ ਟ੍ਰੈਫਿਕ ਦਾ ਬੁਰਾ ਹਾਲ ਹੁੰਦਾ ਸੋ ਇਹ ਬਹੁਤ ਸਮੱਸਿਆਵਾਂ ਹੁੰਦੀਆਂ ਨੇ ਆਪਾਂ ਉਮੀਦ ਕਰਦੇ ਹਾਂ ਵੀ ਹੌਲੀ ਹੌਲੀ ਇਹ ਸਮੱਸਿਆਵਾਂ ਸੋਲਵ ਹੋਣ ਅਤੇ ਸਾਰਿਆਂ ਦਾ ਸਮਾਧਾਨ ਹੋਵੇ ਅਤੇ ਬਾਕੀ ਜੀ ਕੋਈ ਵੀ ਅਪਡੇਟਸ ਹੋਈਆਂ ਤੁਸੀਂ ਜ਼ਰੂਰ ਕਮੈਂਟ ਸੈਕਸ਼ਨ ਦੇ ਵਿੱਚ ਦੱਸਿਓ ਹੁਣ ਤਾਂ ਕਾਫੀ ਥਾਵਾਂ ਤੋਂ ਵਧੀਆ ਖੁਸ਼ੀ ਵਾਲੀ ਨਿਊਜ਼ ਮਿਲ ਰਹੀ ਹੈ ਮੋਸਟਲੀ ਥਾਵਾਂ ਤੋਂ ਵੀ ਪਾਣੀ ਜੀ ਵਾਪਸ ਜਾ ਰਿਹਾ ਘੱਟ ਰਿਹਾ ਮੁੜ ਰਿਹਾ ਵਾ ਅਤੇ ਉਮੀਦ ਕਰਦੇ ਹਾਂ ਜਲਦੀ ਹੀ ਵੀ ਹੋਰ ਬਾਰਿਸ਼ ਨਾ ਹੋਵੇ ਅਤੇ ਸਾਰਾ ਸਿਸਟਮ ਕੰਟਰੋਲ ਦੇ ਵਿੱਚ ਆਵੇ ਜਿੰਨੀ ਛੇਤੀ ਮੀਂਹ ਹਟੂ ਕਿਉਂਕਿ ਨਾਨਕੇ ਵਾਲੇ ਕਹਿੰਦੇ ਵੀ ਹਲੇ ਖੇਤਾਂ ਦੇ ਵਿੱਚ ਇੰਨਾ ਜ਼ਿਆਦਾ ਪਾਣੀ ਖੜਾ ਕੁਛ ਖੇਤਾਂ ਦੇ ਵਿੱਚ ਵੀ ਉੱਥੇ ਹਲੇ ਲੱਗ ਹੀ ਨਹੀਂ ਸਕਦੀ ਹੈਗੀ ਹੈ ਨਾ ਆਪਾਂ ਜੀਰੀ ਲਾ ਨਹੀਂ ਸਕਦੇ ਹੈਗੇ ਸੋ ਉਨਾ ਕੁ ਪਾਣੀ ਘਟੇ ਤਾਂ ਜੋ ਜਲਦੀ ਤੋਂ ਜਲਦੀ ਫਸਲਾਂ ਲੱਗ ਸਕਣ ਅਤੇ ਕਿਸਾਨਾਂ ਨੂੰ ਥੋੜ੍ਹਾ ਬਹੁਤਾ ਹੋਰ ਹੌਸਲਾ ਹੋਵੇ ਹੈ ਨਾ ਇੰਨੀ ਕਿ ਜੀ ਅੱਜ ਦੀ ਆਪਣੀ ਵੀਡੀਓ ਸੀਗੀ ਮਿਲਾਂਗੇ ਆਪਾਂ ਅਗਲੀ ਵੀਡੀਓ ਦੇ ਵਿੱਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।